ਪੰਜਾਬ ਅਕਾਰਡ ਸੀ ਉਹ ਤੇ ਸਹੀ ਸੀ ਲੇਕਿਨ ਉਹ ਚੰਗੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਇਹਦੇ ਲਈ ਤੁਸੀਂ ਕਿਹਨੂੰ ਦੋਸ਼ੀ ਮੰਨਦੇ ਜੇ ਸੰਤ ਜੀ ਨੇ ਲਾਸਟ ਡੇ 20 ਅਗਸਤ ਨੂੰ ਇਹਨਾਂ ਨੂੰ ਮਿਲ ਕੇ ਆਏ ਦੋਨਾਂ ਨੂੰ ਮਿਲ ਕੇ ਆ ਕੇ ਮੈਨੂੰ ਦੱਸਿਆ ਉਹਨਾਂ ਨੇ ਆ ਕੇ ਮੇਰੇ ਮੈਂ ਫਲੈਟ 'ਚ ਰਹਿੰਦਾ ਸੀ ਉਦੋਂ ਫਲੈਟ 'ਚ ਮੈਨੂੰ ਦੱਸਿਆ ਆ ਕੇ ਕਿ ਅੱਜ ਬਹੁਤ ਵਧੀਆ ਗੱਲ ਹੋ ਗਈ ਉਹ ਦੋਨੇ ਸਹਿਮਤ ਹੋ ਗਏ ਨੇ ਟੌੜਾ ਅਤੇ ਬਾਦਲ ਉਹਨਾਂ ਨਾਲ ਫੋਟੋਗ੍ਰਾਫ ਵੀ ਉਹਨਾਂ ਦੀ ਆਈ ਅਗਲੇ ਦਿਨ ਅਖਬਾਰ 'ਚ ਆਈ ਫਿਰ ਉਦੋਂ ਇਲੈਕਸ਼ਨਾਂ ਅਨਾਊਂਸ ਹੋ ਗਈਆਂ ਸੀ ਪੰਜਾਬ ਦੀਆਂ ਤਾਂ ਮੈਨੂੰ ਕਹਿਣ ਲੱਗੇ ਆਪਾਂ ਨੂੰ ਇਲੈਕਸ਼ਨ ਵਾਸਤੇ ਕੋਈ ਫੰਡ ਵੀ ਚਾਹੀਦਾ ਮੈਂ ਕਿਹਾ ਠੀਕ ਹੈ ਮੈਂ ਕਿਸੇ ਮੇਰਾ ਕੋਈ ਇੰਡਸਟਰੀਅਲ ਦੋਸਤ ਹੈ ਇੱਥੇ ਉਹਨੂੰ ਕਹਿਣਾ ਅਸੀਂ ਉਹਦੇ ਘਰ ਚਲੇ ਗਏ ਦੋਨੇ ਜਣੇ ਸੰਤ ਜੀ ਵੀ ਅਤੇ ਮੈਂ ਵੀ ਉਹਨੂੰ ਜਾ ਕੇ ਕਿਹਾ ਵੀ ਉਹਦੇ ਵਾਸਤੇ ਇਲੈਕਸ਼ਨ ਵਾਸਤੇ ਫੰਡ ਚਾਹੀਦਾ ਉਹਨੇ 1,00,000 ਰੁਪਇਆ ਲਿਫਾਫੇ 'ਚ ਪਾ ਕੇ ਦਿੱਤਾ ਸੰਤ ਜੀ ਨੇ ਉਹ ਕਾਰ 'ਚ ਪਿਛਲੇ ਪਾਸੇ ਰੱਖ ਦਿੱਤਾ ਅਤੇ ਸੰਤ ਜੀ ਉੱਦਣ ਸ਼ਹੀਦ ਹੋ ਗਏ ਇਹ ਦਾਸਤਾਨ ਹੈ ਉਹਨਾਂ ਦੀ ਲੇਕਿਨ ਉਸ ਤੋਂ ਬਾਅਦ ਜਿਹੜੀ ਸਰਕਾਰ ਬਣੀ ਸੀਗੀ ਉਹ ਸਰਕਾਰ 'ਤੇ ਤੁਹਾਡੀ ਅਗਵਾਈ ਥੱਲੇ ਸੀ ਤੁਸੀਂ ਮੁੱਖ ਮੰਤਰੀ ਬਣੇ ਉਹਦੇ ਸੋ ਉਹ ਇੰਪਲੀਮੈਂਟੇਸ਼ਨ ਦਾ ਜਿਹੜਾ ਜਿਹੜੀ ਜ਼ਿੰਮਾ ਸੀਗਾ ਉਹ ਤਾਂ ਤੁਹਾਡੇ ਸਿਰ 'ਤੇ ਸੀਗਾ ਅਸੀਂ ਇਕੱਲੇ ਲੜੇ ਸੀ ਅਕਾਲੀ ਦਲ ਇਕੱਲਾ ਲੜਿਆ ਸੀ BJP ਇੱਧਰ ਉੱਧਰ ਕਿਸੇ ਨਾਲ ਸਮਝੌਤਾ ਨਹੀਂ ਸੀ ਕੀਤਾ ਅਸੀਂ 74 ਸੀਟਾਂ ਲੈ ਗਏ ਸੀ ਪਹਿਲੀ ਵਾਰੀ ਹੋਇਆ ਪੰਜਾਬ ਦੇ ਇਤਿਹਾਸ 'ਚ ਕਿ ਉਦੋਂ ਅਸੀਂ 74 ਸੀਟਾਂ ਜਿੱਤੇ ਸੀ ਉਦੋਂ ਫਿਰ ਮਸਲਾ ਆ ਗਿਆ ਫਾਜ਼ਿਲਕਾ ਅਬੋਹਰ ਦਾ ਇਹਦੀ ਗਿਣਤੀ ਕਰਾਉਣਾ ਚਾਹੁੰਦੇ ਕਰਾਉਣਾ ਚਾਹੁੰਦੇ ਸੀ ਉਹ ਮੈਨੂੰ ਕਿਸੇ ਨੇ ਮੈਂ ਦਿੱਲੀ ਸੀ ਮੈਨੂੰ ਕਿਸੇ ਨੇ ਦੱਸਿਆ ਕਿ ਉੱਥੇ CRPF ਚਲੀ ਗਈ ਇੱਥੋਂ ਮੈਂ ਉਸ ਵੇਲੇ ਰਾਜੀਵ ਗਾਂਧੀ ਨਾਲ ਗੱਲ ਕੀਤੀ ਮੈਂ ਕਿਹਾ CRPF ਸਾਨੂੰ ਨਹੀਂ ਪਸੰਦ ਉੱਥੇ ਉੱਥੇ ਦਿੱਲੀ ਦੇ ਲੋਕ ਨੇ ਜਾਂ ਹਰਿਆਣੇ ਦੇ ਲੋਕ ਨੇ ਅਤੇ ਉਹ ਹਿੰਦੀ ਸਪੀਕਿੰਗ ਬੋਲ ਉਹਨਾਂ ਨੂੰ ਇਲਾਕਿਆਂ ਨੂੰ ਖਰਾਰ ਦੇ ਦੇਣਗੇ ਉਹ ਕਹਿੰਦੇ ਇਤਨੀ ਜਲਦੀ ਕਿਆ ਕਰ ਸਕਦੇ ਹਾਂ ਮੈਨੂੰ ਕਿਹਾ ਅਸਾਮ ਰਾਈਫਲਸ ਕੋ ਬੁਲਾ ਲੀਜੀ 3 ਦਿਨ ਬਾਕੀ ਹੈ ਅਭੀ ਅਸਾਮ ਰਾਈਫਲ ਪਹੁੰਚ ਜਾਏਗੀ ਰਾਤ ਰਾਤ ਮੈਂ ਪਹੁੰਚ ਜਾਏਗੀ ਉਹ ਕਹਿੰਦਾ ਠੀਕ ਹੈ ਅਸਾਮ ਰਾਈਫਲਸ ਉੱਥੋਂ ਆਈਆਂ ਇੱਥੇ ਬਠਿੰਡੇ ਏਅਰਪੋਰਟ 'ਤੇ ਉਤਰੀਆਂ ਉਹਨਾਂ ਨੂੰ ਉੱਥੇ ਲਿਜਾਇਆ ਗਿਆ ਫਿਰ ਉਹਨਾਂ ਦੀ ਦੇਖ ਰੇਖ 'ਚ ਫਿਰ ਉਹ ਕਾਊਂਟਿੰਗ ਹੋਈ ਅਸਲ 'ਚ ਕੰਦੂਖੇੜੇ ਦਾ ਪਿੰਡ ਹੈ ਜਿਹੜਾ ਉਹ ਪ੍ਰੋਬਲਮ ਸੀ ਮੇਨ ਕੰਦੂਖੇੜੇ 'ਚ ਵੀਡੀਓ ਕਾਨਫਰੰਸਿਸ ਹਰੇਕ ਤੋਂ ਪੁੱਛਿਆ ਗਿਆ ਵੀ ਦੱਸੋ ਤੁਸੀਂ ਪੰਜਾਬੀ ਬੋਲਦੇ ਹੋ ਜਾਂ ਹਿੰਦੀ ਬੋਲਦੇ ਹੋ ਉਹਨੇ ਕਿਹਾ ਪੰਜਾਬੀ ਬੋਲਦੇ ਹਾਂ ਜੀ ਜਿਹੜਾ ਹਿੰਦੀ ਬੋਲਣ ਵਾਲਾ ਵੀ ਸੀ ਕੋਈ ਸਾਰੇ 5-7% ਸੀ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਹਿੰਦੀ ਬੋਲਦੇ ਹਾਂ ਅਸੀਂ ਤਾਂ ਹਿੰਦੀ ਬੋਲਦੇ ਹਾਂ ਜੋ ਵੀ ਟ੍ਰਾਂਸਫਰ ਹੋਣੇ ਸੀ ਏਰੀਆਜ਼ ਉਦੋਂ ਉਹ ਟ੍ਰਾਂਸਫਰ ਕਿਉਂ ਨਹੀਂ ਹੋ ਸਕੇ ਜਿਵੇਂ ਚੰਡੀਗੜ੍ਹ ਦੇ ਉੱਤੇ ਵੀ ਫੈਸਲਾ ਹੋਣਾ ਸੀਗਾ ਪੰਜਾਬ ਨੂੰ ਮਿਲਣਾ ਸੀਗਾ ਇਹ ਸਭ ਕੁਛ ਕਿਉਂ ਨਹੀਂ ਹੋ ਸਕਿਆ ਚੰਡੀਗੜ੍ਹ ਵਾਸਤੇ ਉਹਨਾਂ ਨੇ ਸ਼ਰਤ ਲਾਤੀ ਵੀ ਕੁਛ ਹਿੰਦੀ ਬੋਲਦੇ ਪਿੰਡ ਨੇ ਉਹ ਹਿੰਦੀ ਨੂੰ ਉੱਧਰ ਹਰਿਆਣੇ ਨੂੰ ਦਿੱਤੇ ਜਾਣ ਮੈਂ ਵੀ ਮੰਨ ਗਿਆ ਸੀ ਇਸ ਗੱਲ ਨੂੰ ਵੀ ਅਸੀਂ ਦੇ ਦਿੰਦੇ ਹਾਂ ਕੁਛ ਪਿੰਡ ਉੱਧਰਲੇ ਜਿਹੜੇ ਅੰਬਾਲੇ ਦੇ ਨੇੜੇ ਤੇੜੇ ਪਿੰਡ ਨੇ ਉਹ ਦੇ ਦਿੰਦੇ ਹਾਂ ਲੇਕਿਨ ਉਹ ਤਾਂ ਫੈਸਲਾ ਨਾ ਹੋ ਸਕੇ ਬਰਨਾਲਾ ਸਾਹਿਬ ਤੁਹਾਡੇ ਵੇਲੇ ਇੱਕ ਹੋਰ ਵਿਵਾਦ ਖੜਾ ਹੋਇਆ ਸੀਗਾ ਤੁਸੀਂ ਸ਼ਾਇਦ ਪੁਲਿਸ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਭੇਜਿਆ ਸੀਗਾ ਔਰ ਤੁਹਾਡੇ ਕੁਝ ਮੰਤਰੀ ਉਦੋਂ ਰਿਜ਼ਾਈਨ ਵੀ ਕਰ ਗਏ ਸੀਗੇ ਹੁਣ ਜਦੋਂ ਪਿੱਛੇ ਮੁੜ ਕੇ ਵੇਖਦੇ ਜੇ ਤੁਹਾਨੂੰ ਲੱਗਦਾ ਵੀ ਉਹ ਤੁਹਾਡੀ ਗਲਤੀ ਸੀਗੀ ਨਹੀਂ ਮੈਂ ਦਿੱਲੀ ਸੀ ਉਦੋਂ ਦਿੱਲੀ ਸਾਡੀ ਕਾਨਫਰੰਸ ਇੱਕ ਚੱਲ ਰਹੀ ਸੀ ਉਸ ਕਾਨਫਰੰਸ ਸੀ ਜਦੋਂ ਮੈਨੂੰ ਇਤਲਾਹ ਮਿਲੀ ਕਿ ਉੱਥੇ ਉਹਨਾਂ ਨੇ ਖਾਲਿਸਤਾਨ ਦਾ ਐਲਾਨ ਕਰਤਾ ਤੋ ਮੈਨੂੰ ਰਾਜੀਵ ਗਾਂਧੀ ਪ੍ਰੈਜ਼ਾਈਡ ਕਰ ਰਿਹਾ ਸੀ ਉਸ ਮੀਟਿੰਗ 'ਤੇ ਉਹਨੇ ਮੈਨੂੰ ਚਿੱਠੀ ਲਿਖ ਕੇ ਭੇਜ ਦਿੱਤੀ ਕਿ
ਕੇਸਾਂ ਦਾ ਉੱਥੇ ਐਲਾਨ ਹੋ ਗਿਆ ਤੁਸੀਂ ਪੰਜਾਬ ਜਾਓ। ਮੈਂ ਉੱਠਿਆ, ਮੈਂ ਪੰਜਾਬ ਨੂੰ ਚੱਲ ਪਿਆ। ਭਾਈ ਏਅਰ ਆਇਆ ਅਤੇ ਏਅਰਪੋਰਟ 'ਤੇ ਆ ਕੇ ਰੋਬੇਰੋ ਤੋਂ ਇੰਚਾਰਜ ਸੀ ਪੁਲਿਸ। ਮੈਂ ਕਿਹਾ ਰੋਬੇਰੋ ਨੂੰ ਬੁਲਾਓ। ਰੋਬੇਰੋ ਮਿਲ ਨਾ ਸਕਿਆ ਉਸ ਵੇਲੇ, ਲੋਕਲ ਪੁਲਿਸ ਸੀ। ਉਹਨਾਂ ਨੇ ਵੀ ਕੋਈ, ਮੈਂ ਪਤਾ ਕੀਤਾ ਵੀ ਉੱਥੇ ਕੌਣ ਨੇ ਹੁਣ ਇਸ ਵੇਲੇ ਦਰਬਾਰ ਸਾਹਿਬ 'ਚ ਕੌਣ ਨੇ। ਉਹ ਕਹਿੰਦੇ ਜੀ ਉਹ ਤਾਂ ਐਲਾਨ ਕਰਕੇ ਭੱਜ ਗਈ ਉੱਥੋਂ, ਉੱਥੇ ਕੋਈ ਨਹੀਂ ਹੈ। ਮੈਂ ਪੁਲਿਸ ਨਹੀਂ ਭੇਜੀ, ਇਹਨਾਂ ਨੇ ਵੈਸੇ ਹੀ ਰਿਜ਼ਾਈਨ ਕਰਤਾ ਕੁਛ ਮਿਨਿਸਟਰਾਂ ਨੇ। ਬਹੁਤ ਸਾਰੇ ਰਹਿ ਵੀ ਗਏ ਸੀ, ਕੁਛ ਚਲੇ ਵੀ ਗਏ ਸੀ। ਉਸ ਤੋਂ ਬਾਅਦ ਤੁਹਾਨੂੰ ਸ਼੍ਰੀ ਅਕਾਲ ਤਖ਼ਤ ਜਥੇਦਾਰ ਨੇ ਔਰ ਹੋਰ ਜਥੇਦਾਰਾਂ ਨੇ ਕੋਈ ਸੇਵਾ ਵੀ, ਤਨਖਾਹ ਵੀ ਲਾਈ ਸੀ? ਹਾਂ ਲਾਈ ਸੀ। ਉਹ ਕਿਉਂ, ਤੁਸੀਂ ਕਿਸੇ ਵੇਲੇ ਤੁਹਾਨੂੰ ਤੁਹਾਡੇ ਮਨ 'ਚ ਜਦੋਜਹਿਦ ਸੀਗੀ ਕਿ ਮੈਂ ਮੁੱਖ ਮੰਤਰੀ ਹਾਂ ਅਤੇ ਮੈਨੂੰ ਸ਼ਾਇਦ ਇਹ ਤਨਖਾਹ ਜਿਹੜੀ ਹੈ ਪੂਰੀ ਨਹੀਂ ਕਰਨੀ ਚਾਹੀਦੀ? ਨਹੀਂ, ਮੈਨੂੰ, ਮੈਂ ਇੱਕ ਸਧਾਰਨ ਸਿੱਖ ਬਣ ਕੇ ਗਿਆ ਸੀ ਅਕਾਲ ਤਖ਼ਤ 'ਤੇ, ਅਤੇ ਜੋ ਉਹਨਾਂ ਨੇ ਸੇਵਾ ਲਾਤੀ ਮੈਂ ਮਨਜ਼ੂਰ ਕਰ ਲਈ। ਉਹਨਾਂ ਨੇ ਜੁੱਤੇ ਸਾਫ਼ ਕਰਨ ਦੀ ਲਾਈ, ਉਹਨਾਂ ਬਰਤਨ ਸਾਫ਼ ਕਰਨ ਦੀ ਲਾਈ, ਉਹ ਮੈਂ ਸਾਰੇ ਮੰਨੇ। ਅੱਜ ਕੱਲ੍ਹ ਦੀ ਜਿਹੜੀ ਸਿਆਸਤਦਾਨ ਹੈਗੇ ਆ, ਤੁਹਾਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਨਿਮਰਤਾ ਹੈ ਵੀ ਜੇ ਉਹਨਾਂ ਨੂੰ ਕੋਈ ਤਨਖਾਹ ਲਾਈ ਜਾਵੇ, ਸੇਵਾ ਲਾਈ ਜਾਵੇ, ਸ਼ਾਇਦ ਉਹ ਵੀ ਪੂਰੀ ਕਰਨਗੇ? ਨਹੀਂ ਮੰਨਦੇ। ਨਹੀਂ ਮੰਨਦੇ? ਨਹੀਂ ਮੰਨਦੇ। ਸ਼ਾਇਦ ਲੱਗੀ ਵੀ ਨਹੀਂ ਕਿਸੇ ਦੇ ਉੱਤੇ, ਸ਼ਾਇਦ ਸ਼੍ਰੀ ਅਕਾਲ ਤਖ਼ਤ ਜਥੇਦਾਰ ਨੇ ਲਾਈ ਵੀ ਨਹੀਂ ਕਿਸੇ ਦੇ ਤਨਖਾਹ ਇਸ ਤਰ੍ਹਾਂ ਦੀ। ਨਹੀਂ, ਲਾਈ ਵੀ ਨਹੀਂ, ਲਵਾਈ ਵੀ ਨਹੀਂ। ਜਦੋਂ ਸਾਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਅਕਾਲ ਤਖ਼ਤ ਸਾਹਿਬ 'ਤੇ, ਬਾਕੀ ਅਸੀਂ ਸਾਰੇ ਇਕੱਠੇ ਹੋ ਗਏ, ਬਾਦਲ ਜਵਾਬ ਦੇ ਗਿਆ, ਬਾਦਲ ਨੂੰ ਕੋਈ ਤਨਖਾਹ ਨਹੀਂ ਲਾਈ ਉਹ ਤੋਂ। ਸੋ ਤੁਹਾਡੇ ਹਿਸਾਬ ਨਾਲ ਉਹਨਾਂ ਨੇ ਲਿਹਾਜ਼ ਕੀਤਾ ਬਾਦਲ ਸਾਹਿਬ ਦਾ? ਲਿਹਾਜ਼ ਕੀਤਾ ਜਾਂ ਡਰ ਕੇ? ਜਿਹੜੇ 1984 ਤੋਂ ਬਾਅਦ ਆਲਮੋਸਟ 10 ਸਾਲ ਜੋ ਪੰਜਾਬ ਦੇ ਹਾਲਾਤ ਬਣੇ, ਇਹ ਤੁਹਾਨੂੰ ਕੀ ਲੱਗਦਾ ਵਾ ਵੀ ਇਹ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ, ਇਹਦੇ ਲਈ ਕੌਣ ਜ਼ਿੰਮੇਵਾਰ ਸੀ? ਉਦੋਂ ਅੱਤਵਾਦ ਹੋ ਗਿਆ ਸੀ ਅਸਲ 'ਚ। 84 ਦੇ ਵਿੱਚ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ, ਉਸ ਤੋਂ ਬਾਅਦ ਪੰਜਾਬ 'ਚ ਪਹਿਲਾਂ ਵੀ ਥੋੜ੍ਹਾ ਜਿਹਾ ਅੱਤਵਾਦ ਸ਼ੁਰੂ ਹੋ ਗਿਆ ਸੀ, ਉਦੋਂ ਬਾਅਦ ਹੋਰ ਜ਼ਿਆਦਾ ਭੜਕ ਪਿਆ, ਇਸ ਕਰਕੇ ਐਸੇ ਹਾਲਾਤ ਬਣ ਗਏ ਪੰਜਾਬ ਦੇ। ਸੋ ਜੇ ਪਿੱਛੇ ਵੇਖੀਏ ਤਾਂ ਤੁਹਾਨੂੰ ਲੱਗਦਾ ਵੀ ਆਪਰੇਸ਼ਨ ਬਲੂ ਸਟਾਰ ਜਿਸ ਤਰੀਕੇ ਨਾਲ ਹੋਇਆ ਉਹ ਗਲਤੀ ਸੀ, ਔਰ ਸ਼ਾਇਦ ਜੇ ਨਾ ਹੁੰਦਾ ਤਾਂ ਇਸ ਤਰ੍ਹਾਂ ਦੇ ਅੱਤਵਾਦ ਦੇ ਹਾਲਾਤ ਨਾ ਬਣਦੇ? ਬਿਲਕੁਲ ਨਹੀਂ ਸੀ ਬਣਦੇ, ਉਹ ਬਹੁਤ ਵੱਡੀ ਗਲਤੀ ਸੀ। ਇਸ ਤਰ੍ਹਾਂ ਦਾ ਇੰਡੀਅਨ ਫੋਰਸਿਸ ਦਾ ਜਾ ਕੇ ਇੱਕ ਧਾਰਮਿਕ ਸਥਾਨ ਨੂੰ ਜਾ ਕੇ ਇਸ ਤਰ੍ਹਾਂ ਹਮਲਾ ਕਰ ਦੇਣਾ, ਇਹ ਬਹੁਤ ਵੱਡੀ ਗਲਤੀ ਸੀ। ਜੋ ਇਹ ਬਰਨਾਲਾ ਸਾਹਿਬ ਹਾਲਾਤ ਬਣੇ 84 ਦੇ ਵਿੱਚ, ਉਸ ਤੋਂ ਬਾਅਦ ਹਾਲਾਤ ਬਣੇ, ਤੁਸੀਂ ਕਿ ਲੇਖਕ ਵੀ ਜੇ, ਲਿਖਾਰੀ ਵੀ ਜੇ, ਤੁਸੀਂ ਇਹਦੇ ਬਾਰੇ ਲਿਖਣ ਦਾ ਸੋਚਿਆ ਕਦੀ? ਨਹੀਂ ਸੋਚਿਆ ਕਦੇ, ਸੋਚਿਆ ਨਹੀਂ ਕਦੇ। ਉਸ ਤੋਂ ਬਾਅਦ ਤੁਸੀਂ ਇੱਕ ਕਿਤਾਬ ਲਿਖੀ ਸੀਗੀ, ਸਟੋਰੀ ਆਫ ਐਨ ਐਸਕੇਪ, ਜਦੋਂ ਤੁਸੀਂ ਪੁਲਿਸ ਨੂੰ ਛੱਡ ਕੇ ਇਕੱਲੇ ਹੀ ਸਫ਼ਰ ਕੀਤਾ, ਟਰੱਕਾਂ ਚੜ੍ਹ ਕੇ ਵੀ ਸਫ਼ਰ ਕੀਤਾ, ਇੱਕ ਆਮ ਆਦਮੀ ਵਾਂਗੂ ਸਫ਼ਰ ਕੀਤਾ, ਉਹ ਤੁਹਾਨੂੰ ਆਈਡੀਆ ਕਿੱਥੋਂ ਆਇਆ, ਉਹ ਕਿਉਂ, ਕਿਵੇਂ ਜੀ ਕੀਤਾ ਉਹ ਕਰਨ ਨੂੰ? ਉਹ ਅਸਲ 'ਚ ਸਿਕਿਉਰਿਟੀ ਜਿਹੜੀ ਸੀ ਮੇਰੇ ਦੁਆਲੇ ਰਹਿੰਦੀ 24 ਘੰਟੇ, ਮੈਂ ਉਹ ਤੋਂ ਪਰੇਸ਼ਾਨ ਹੋ ਗਿਆ ਬਹੁਤ। ਮੈਂ ਕਿਹਾ ਤੋ ਕਿਸੇ ਤਰ੍ਹਾਂ ਛੁਟਕਾਰਾ ਲਈਏ ਥੋੜ੍ਹੇ ਦਿਨਾਂ ਵਾਸਤੇ, ਤਾਂ ਮੈਂ ਚਲਾ ਗਿਆ। ਜਦੋਂ ਤੁਸੀਂ ਉਹ ਚਲੇ ਗਏ ਸੀਗੇ ਤਾਂ ਤੁਹਾਡੀ ਫੈਮਿਲੀ, ਤੁਹਾਡੇ ਸਿਕਿਉਰਿਟੀ ਮੈਨ, ਤੁਹਾਡੇ ਬੱਚੇ, ਇਹ ਸਾਰੇ ਪਰੇਸ਼ਾਨ ਨਹੀਂ ਹੋ ਗਏ ਵੀ ਕਿੱਥੇ ਚਲੇ ਗਏ? ਹਾਂ, ਪਰੇਸ਼ਾਨ ਹੋ ਗਏ ਸੀ, ਹੋ ਗਏ ਸੀ। ਸੋ ਉਹਨਾਂ ਨਾਲ ਕੋਈ ਕਮਿਊਨੀਕੇਸ਼ਨ ਨਹੀਂ ਸੀ, ਉਹਨਾਂ ਨੂੰ ਕੁਛ ਦਿਨਾਂ ਵਾਸਤੇ ਕੁਛ ਪਤਾ ਨਹੀਂ ਸੀ? ਨਾ, ਕੋਈ ਕਮਿਊਨੀਕੇਸ਼ਨ। ਸੋ ਇਹ ਕਿੰਨੇ ਦਿਨਾਂ ਦਾ ਸਫ਼ਰ ਸੀਗਾ ਤੁਹਾਡਾ ਜਿਹੜਾ? ਇਹ 16 ਦਿਨ ਦਾ ਸਫ਼ਰ। ਤੁਸੀਂ ਇੱਕ ਜਾਣੇ ਪਛਾਣੇ ਚਿੱਤਰਕਾਰ ਵੀ ਜੇ, ਇਹ ਤੁਹਾਡੀ ਜ਼ਿੰਦਗੀ ਦਾ ਕੋਈ ਲਗਾਵ ਆ ਚਿੱਤਰਕਾਰੀ ਨਾਲ, ਜਾਂ ਵੈਸੇ ਹੀ ਜ਼ਿੰਦਗੀ ਦੀ ਪਰੇਸ਼ਾਨੀ ਤਣਾਅ ਨੂੰ ਤੁਸੀਂ ਦੂਰ ਕਰਨ ਵਾਸਤੇ ਚਿੱਤਰਕਾਰੀ ਕਰਦੇ? ਨਹੀਂ, ਚਿੱਤਰਕਾਰੀ ਮੈਨੂੰ ਬਚਪਨ ਤੋਂ ਹੀ ਸ਼ੌਕ ਹੈ, ਬਚਪਨ ਤੋਂ ਹੀ ਮੈਂ ਕਰਦਾ ਰਿਹਾ। ਆਹ ਸਾਰੇ ਚਿੱਤਰ ਮੇਰੇ ਬਣਾਏ ਹੋਏ ਨੇ, 4 ਐਗਜ਼ੀਬਿਸ਼ਨਸ ਕੀਤੇ, ਚੈਰਿਟੀ ਵਾਸਤੇ ਕੀਤੇ, ਫਿਰ ਉਹ ਵਿਕੀਆਂ ਬਹੁਤ ਸਾਰੀਆਂ।
ਰਾਈਟ ਬਿਰਲਾ ਸਾਹਿਬ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕਰਨ ਦਾ ਸਮਾਂ ਕੱਢਿਆ। ਇਸ ਦੇ ਨਾਲ ਹੀ ਅਸੀਂ ਫੇਅਰ ਐਂਡ ਸਕੁਅਰ ਦਾ ਇਹ ਅੰਕ ਇੱਥੇ ਹੀ ਖਤਮ ਕਰਦੇ ਹਾਂ। ਅਸੀਂ ਗੱਲਬਾਤ ਕਰ ਰਹੇ ਸੀ ਤਾਮਿਲਨਾਡੂ ਦੇ ਸਾਬਕਾ ਰਾਜਪਾਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਹੋਣਾ ਨਾਲ। ਅਗਲੇ ਹਫ਼ਤੇ ਅਸੀਂ ਮੁਲਾਕਾਤ ਕਰਾਂਗੇ ਇੱਕ ਹੋਰ ਸ਼ਖਸੀਅਤ ਦੇ ਨਾਲ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।